ਸਿੰਦੇ ਜਲਦੀ ਕਰ ਲੈ ਆਪਾਂ ਅੱਜ ਆ ਕੰਮ ਨਿਬੇੜ ਦੇਣਾ ਉਹ ਤੂੰ ਟੈਨਸ਼ਨ ਨਾ ਲੈ ਨਿਬੇੜ ਦੇਣੇ ਆ ਪਰਸੋਂ ਆਪਾਂ ਭੋਲੇ ਦੇ ਵੀ ਜਾਣਾ ਉਹਦੀ ਕੁੜੀ ਦਾ ਵਿਆਹ ਹੈ ਜਾਣਾ ਭੋਲੇ ਦੀ ਕੁੜੀ ਦੇ ਵਿਆਹ ਤੇ ਉਹਨੇ ਕਿਹੜਾ ਆਪਾਂ ਨੂੰ ਬੁਲਾਏ ਨਾਲੇ ਤੈਨੂੰ ਇੰਨੀ ਜਲਦੀ ਪੀ ਏ ਤੂੰ ਉੱਥੇ ਜਾ ਕੇ ਭਾਂਡੇ ਮਾਂਜਣੇ ਨੇ ਪਹਿਲੇ ਆ ਤੈਨੂੰ ਨਿਬੇੜ ਲੈ ਜਾਣਾ ਇਹਨੇ ਭੋਲੇ ਦੀ ਕੁੜੀ ਦੇ ਵਿਆਹ ਤੇ ਉਸਤਾਦ ਗੱਲ ਵਿਆਹ ਦੀ ਜਾਣਦੀ ਨਹੀਂ ਹੈਗੀ ਆਪਾਂ ਉਹਦੇ ਕੋਲ 3000 ਰੁਪਿਆ ਸਾਈ ਫੜੀ ਏ ਵਿਆਹ ਤੋਂ ਪਹਿਲਾਂ ਪਹਿਲਾਂ ਰੰਗ ਉਹਦੇ ਕਰਨਾ ਹੈ ਰੰਗ ਕਰਨ ਨੂੰ ਬੜਾ ਤੂੰ ਉੱਥੇ ਬੁਰਜ ਖਲੀਫਾ ਨੂੰ ਰੰਗ ਕਰਨਾ ਦੋ ਕਮਰੇ ਨੇ ਐਂ ਕਰ ਦੇਣੇ ਤੇਰੇ ਉਸਤਾਦ ਨੇ ਨਾਲੇ ਇਹ ਤੇ ਪਹਿਲਾਂ ਕਰ ਲਿਆ ਸਾਡੇ ਕੋਲ ਸਵੇਰ ਦਾ ਅੱਧਾ ਬੂਹਾ ਨਹੀਂ ਹੋਇਆ ਉਸਤਾਦ ਤੂੰ ਤੇ ਐਵੇਂ ਤੱਤਾ ਹੋਈ ਜਾਂਦੇ ਉੱਤੋਂ ਤੈਨੂੰ ਕੰਮ ਲੱਗਦਾ ਵਾ ਤੇ ਉੱਤੋਂ ਤੂੰ ਬੋਲੀ ਜਾਂਦੇ ਠੰਡਾ ਰਹਿ ਤੂੰ ਚਾਹ ਲਿਆ ਕੇ ਦੇਣਾ ਓਏ ਉਹਨੂੰ ਕੋ ਨਹੀਂ ਪਤਾ ਸਾਲੇ ਨੇਵਲੇ ਦੇ ਮੂੰਹ ਵਾਲੇ ਨੂੰ ਜਿਹਦਾ ਘਰ ਹੈ ਨਾ ਸਾਲੇ ਨੇ ਚਾਹ ਪੁੱਛੀ ਨਾ ਪਾਣੀ ਤੂੰ ਮੈਂ ਤੋਂ ਐਵੇਂ ਕਰਾਈ ਜਾਂਦੇ ਕੁੱਤੇ ਖਾਣੀ ਜਾਂ ਚਾਹ ਫੜ ਕੇ ਲੈ ਕੇ ਆਓ ਉੱਤੋਂ ਉਸਤਾਦ ਚਾਹ ਦੀ ਕੀ ਗੱਲ ਕਰਨਾ ਹੈ ਹੁਣ ਮੈਂ ਬਾਬੂ ਜੀ ਕੋ ਚਾਹ ਮੰਗਵਾਉਣਾ ਮੰਗਵਾ ਫਿਰ ਛੇਤੀ ਹਾਂ ਹਾਂ ਮੰਗਵਾਉਣਾ ਹੈਲੋ ਬਾਬੂ ਜੀ ਇੱਥੇ ਮੇਰਾ ਉਸਤਾਦ ਤੱਤਾ ਹੀ ਫਿਰਦਾ ਛੇਤੀ ਚਾਹ ਗੱਲ ਦੋ ਮਿੰਟਾਂ ਚ ਭੋਲੀ ਦੇ ਕੁੜੀ ਦਾ ਵਿਆਹ ਵਿੱਚ ਆ ਰਹੇ ਹੈ ਉਹਨੇ ਉੱਥੇ ਚੱਲ ਜਾਣਾ ਕੰਮ ਛੱਡ ਕੇ ਹਾਂਜੀ ਹਾਂਜੀ ਖਾਸ ਵਾਲੇ ਕੀ ਲੱਲਰ ਲਾਉਂਦੇ ਪਏ ਨੇ ਉਹ ਹਾਂ ਵੀ ਉਸਤਾਦ ਬੜੀ ਤਲਫ ਲੱਗੀ ਚਾਹ ਦੀ ਆਲਾ ਫੜ ਆ ਗਈ ਚਾਹ ਤੇਰੀ ਲੈ ਵੀ ਉਸਤਾਦ ਤੇਰੀ ਚਾਹ ਆ ਗਈ ਏ ਉਹ ਆ ਗਿਆ ਸਾਲਾ ਨੇਵਲੇ ਦੇ ਮੂੰਹ ਵਾਲਾ 2 ਘੰਟੇ ਬਾਅਦ ਚਾਹ ਲੈ ਕੇ ਫੜੋ ਚਾਹ ਸਾਲੇ ਦੋ ਦਰਵਾਜ਼ੇ ਨੂੰ ਰੰਗ ਨਹੀਂ ਕਰਦੇ ਹੈਗੇ ਤੁਸੀਂ ਤੇ ਮਿੰਟ ਕੁ ਬਾਅਦ ਚਾਹ ਮੰਗਾ ਲੈਨੇ ਹੋ ਓ ਬੜਾ ਫਾਲਤੂ ਨਹੀਂ ਬੋਲਣਾ ਹੈਗਾ ਨਾਲੇ ਜਿਹੜੇ ਹਿਸਾਬ ਨਾਲ ਤੇਰੇ ਦਰਵਾਜ਼ਿਆਂ ਦੀ ਹਾਲਤ ਸੀ ਨਾ ਇਹਨੂੰ ਕੋਈ ਕਲੀ ਵੀ ਨਾ ਮਾਰੇ ਨਹੀਂ ਤੇ ਫਿਰ ਵੀ ਰੰਗ ਕਰਤੇ ਓ ਫਾਲਤੂ ਨਹੀਂ ਬੋਲਣਾ ਹੈਗਾ ਮੇਰੇ ਦਰਵਾਜ਼ੇ ਨੂੰ ਸਮਝ ਲੱਗੀ ਨਾ ਨਾਲੇ ਬੜੀ ਦੂਰੋਂ ਲੈ ਕੇ ਆਇਆ ਮੈਂ ਆਪਣੇ ਦਰਵਾਜ਼ੇ ਜਿਹੜਾ ਤੇਰਾ ਕੰਮ ਹੈ ਨਾ ਰੰਗ ਕਰਨਾ ਉਹ ਕਰ ਤੂੰ ਫਾਲਤੂ ਨਹੀਂ ਬੋਲਣਾ ਹੈਗਾ ਹਾਂ ਕਰ ਲੈਣ ਤੇਰੇ ਦਰਵਾਜ਼ੇ ਚੈੱਕ ਵਾਕਿਆ ਹੀ ਬੜੀ ਦੂਰੋਂ ਲੈ ਕੇ ਆਉਂਦੇ ਨੇ ਲੱਗਦਾ ਦੂਰੋਂ ਦੂਰੇ ਚੋਰੀਆਂ ਕਰਦਾ ਰਹੇ ਓ ਜਿਹੜੇ ਹਿਸਾਬ ਨਾਲ ਤੂੰ ਮੈਨੂੰ ਬੋਲਣਾ ਪਿਆ ਨਾ ਮੈਨੂੰ ਲੱਗਦਾ ਮਾਲਕ ਮੈਂ ਨਹੀਂ ਤੂੰ ਐ ਕਰਦਾ ਓ ਸਿਰ ਨਾ ਖਾ ਮੇਰਾ ਨਾਲੇ ਦਰਵਾਜ਼ੇ ਦੇ ਰੰਗ ਚੈੱਕ ਕਰ ਵੇ ਕਵੇਂ ਚਮਕਦਾ ਪਈ ਐ ਫੇਰ ਗੱਲ ਕਰੀ ਜੇ ਨਾ ਚਮਕਿਆ ਹੋਇਆ ਹਾਂ ਬਾਈ ਸਹੀ ਗੱਲ ਐ ਜਿਹੜੇ ਹਿਸਾਬ ਨਾਲ ਚਮਕਦੇ ਪਏ ਨੇ ਤੂੰ ਬੁਰਸ਼ ਦੀ ਥਾਂ ਤੇ ਜੀਬਾਂ ਮਾਰੀਆਂ ਲੱਗਦੀਆਂ ਨੇ ਯਾਰ ਕਿਉਂ ਸਿਰ ਖਾਈ ਜਾਂਦੇ ਨਾਲੇ ਕੰਮ ਕਰਾਣਾ ਕਰਾ ਨਹੀਂ ਤੇ ਅੱਧਾ ਹੀ ਵਿੱਚੇ ਹੀ ਛੱਡ ਜਾਣਾ ਅਸੀਂ ਨਾਲੇ ਉੱਤੋਂ ਭੋਲੇ ਦੀ ਕੁੜੀ ਦਾ ਵਿਆਹ ਵੀ ਆਉਂਦਾ ਪਿਆ ਉੱਥੇ ਵੀ ਸਾਨੂੰ ਬਥੇਰੇ ਕੰਮ ਨੇ ਕੰਮ ਕਰਾਣਾ ਕਰਾ ਨਹੀਂ ਤੇ ਨਾ ਸੀ ਐਵੇਂ ਹੀ ਬੋਲੀ ਜਾਂਦੇ ਯਾਰ ਭੋਂਗੀ ਜਾਂਦੇ ਦੇਖਦੇ ਨੇ ਤੇਰੇ ਕੰਮ ਦੇ ਲੱਛਣ ਐ ਵੇ ਸਾਰਾ ਵਿੱਚੇ ਤੇ ਦਰਵਾਜ਼ਾ ਅੱਧਾ ਛੱਡੀ ਫਿਰਨਾ ਨਾਲ ਰਹੀ ਗੱਲ ਵਿਆਹ ਦੀ ਉਹ ਤੇ ਤੂੰ ਹੀ ਮੈਨੂੰ ਪਤਾ ਕੀ ਕਰਨਾ ਰੰਗ ਨਹੀਂ ਕਰਨਾ ਭਾਂਡੇ ਹੀ ਮਾਂਜਣੇ ਸਾਰੇ ਸਾਰਾ ਦਿਨ ਤੂੰ ਹੀ ਉੱਥੇ ਓ ਜ਼ਬਾਨ ਸੰਭਾਲ ਕੇ ਗੱਲ ਕਰ ਨਾਲੇ ਤੈਨੂੰ ਕਿਹੜੇ ਕੰਜਰ ਨੇ ਕਿਹਾ ਨਾਲੇ ਉੱਥੇ ਅਸੀਂ ਭਾਂਡੇ ਮਾਂਜਣੇ ਨੇ ਹੈ ਕਿਹੜੇ ਕੰਜਰ ਨੇ ਕਿਹਾ ਫਿਰ ਹੋਰ ਕੀ ਕਰਨਾ ਤੁਸੀਂ ਉੱਥੇ ਉਹ ਤੈਨੂੰ ਕੋ ਨਹੀਂ ਪਤਾ ਉਹਦਾ ਮੁੰਡਾ ਬਾਹਰੋਂ ਆਇਆ ਨਾਲੇ ਅਸੀਂ ਭਾਂਡੇ ਨਹੀਂ ਡਾਲਰ ਲੁੱਟਣੇ ਡਾਲਰ ਉਹ ਚੱਲ ਚਲੀਏ ਫੇਰ ਕਰ ਦਾਂਗੇ ਇਹਦੇ ਰੰਗ ਇਹਨੇ ਕਿਹੜਾ ਸਾਲੇ ਨੇ ਪੈਸੇ ਦੇਣੇ ਨੇ ਚਲ ਆ ਜਾ।